ਕੀਤਾ, ਕਿਹੜਾ ਸਵਾਲ ਕੀਤਾ? ਅੱਲਾਹ ਪਾਕ ਨੇ ਫਰਮਾਇਆ ਕਿ ਮੈਂ ਹੁਬਾ ਕੁਛ ਮੰਗ ਤੇ ਸਹੀ ਮੇਰੇ ਕੋਲੋਂ ਹੈ। 700 ਦਫਾ ਅੱਲਾਹ ਪਾਕ ਨੇ ਫਰਮਾਇਆ ਮੇਰੇ ਨਬੀ ਤੁਹਾਡੇ ਨਬੀ ਆਪ ਨੇ 700 ਦਫਾ ਅੱਗੇ ਇਹੀ ਅਰਜ਼ ਕੀਤੀ ਕਿ ਯਾ ਅੱਲਾਹ ਮੈਨੂੰ ਮੇਰੀ ਉਮਰ ਦਾ ਫਿਕਰ ਹੈ, ਯਾ ਅੱਲਾਹ ਕੁਛ ਦੇਣਾ ਤੇ ਮੇਰੀ ਉਮਰ ਬਖਸ਼ ਦੇ ਹੈ। 700 ਦਫਾ ਉਹ ਸਾਡੇ ਵਾਸਤੇ ਇਹ ਦੁਆਵਾਂ ਹੈ। ਅੰਦਰ ਖੁਦਾ ਦੀ ਕਸਮ ਮੇਰੇ ਦੋਸਤੋ, ਬੜੀ ਅੱਗ ਲੱਗੀ ਪਈ, ਬੜੀ ਤਲਬ ਲੱਗੀ। ਜਵਾਨ ਜਵਾਨ ਬੰਦੇ ਇਸ ਤਰ੍ਹਾਂ ਖਬਰ ਆਉਂਦੀ ਜੀ ਫਲਾਣਾ ਬੰਦਾ ਵੀ ਦੁਨੀਆਂ ਤੋਂ ਚਲੇ ਗਿਆ, ਫਲਾਣਾ ਬੰਦਾ ਵੀ ਦੁਨੀਆਂ ਤੋਂ ਚਲੇ ਗਿਆ। ਮੇਰੀ ਆ ਸਾਡਾ ਵੀ ਵਕਤ ਆ ਜਾਣਾ, ਅੱਲਾਹ ਕਰੇ ਉਸ ਵਕਤ ਦੇ ਆਉਣ ਤੋਂ ਪਹਿਲੇ ਪਹਿਲੇ ਅੱਲਾਹ ਪਾਕ ਸਾਨੂੰ ਆਪਣੇ ਅਸਲ ਵਾਲੇ ਪਾਸੇ ਆਉਣ ਦੀ ਤੌਫੀਕ ਤਾ ਫਰਮਾਏ। ਇੱਥੇ ਬੈਠਣ ਦਾ ਮਕਸਦ ਸਿਰਫ ਇਹੀ ਹੁੰਦਾ ਹੈ, ਕੋਸ਼ਿਸ਼ ਕਰਕੇ ਅਗਲੇ ਮਹੀਨੇ ਆਉਣ ਤੱਕ ਸਾਥੀ ਇਸ ਚੀਜ਼ ਦਾ ਵਾਅਦਾ ਕਰਨ, ਜੇ ਨਮਾਜ਼ ਪੜ੍ਹਨ ਦੀ ਤਰ੍ਹਾਂ ਹੱਥ ਖੜਾ ਕਰਨ। ਇੱਥੇ ਬੈਠਣ ਦਾ ਮਕਸਦ ਕੀ ਹੈ? ਹੁਣ ਬੰਦਾ ਬੇੜੀਆ ਤੇ ਤੂੰ ਥੋੜ੍ਹਾ ਜਿਹਾ ਤੇਰਾ ਧਿਆਨ ਇਸ ਪਾਸੇ ਹੋ ਜਾਵੇ, ਅੱਲਾਹ ਪਾਕ ਦੇ ਫਜ਼ਲ ਦੇ ਨਾਲ ਖੁਦਾ ਦੀ ਕਸਮੇ ਯਾਰ ਸਾਡਾ ਨਿਜ਼ਾਮ ਤੇ ਸਵਾਰ ਕੀ ਰੱਬ ਨੇ ਦੁਨੀਆਂ ਤੇ ਭੇਜਿਆ ਹੈ, ਸਵਾਰ ਕੀ ਰੱਬ ਨੇ ਦੁਨੀਆਂ ਤੇ ਭੇਜਿਆ ਕਿ ਸਰਕਾਰ ਨੇ ਕਿਸ ਤਰ੍ਹਾਂ ਸਾਡੇ ਵਾਸਤੇ ਦੁਆਵਾਂ ਕੀਤੀਆਂ ਨੇ। ਅੱਲਾਹ ਕਰੇ ਇਨਸ਼ਾਅੱਲਾ।